ਸਾਤਰੀਆ ਕਾਲ ਤੁਸੀਂ ਦੇਖ ਰਹੇ ਹੋ ਦ ਪੰਜਾਬ ਟੀਵੀ ਤਾਂ ਮੈਂ ਅੱਜ ਜੱਜ ਸਿੰਘ ਚਾਹਲ ਅੱਜ ਦੇ ਪੰਜਾਬੀ ਪ੍ਰਾਈਮ ਟਾਈਮ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਪੰਜਾਬੀ ਪ੍ਰਾਈਮ ਟਾਈਮ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਾਂਗੇ ਮੋਦੀ ਸਰਕਾਰ ਦੀ ਜਿਸ ਦੇ ਵੱਲੋਂ ਗਰੀਬਾਂ ਲਈ ਇੱਕ ਅਹਿਮ ਐਲਾਨ ਹੈ ਕੀਤਾ ਜਾ ਸਕਦਾ ਹੈ ਹਰਿਆਣਾ ਦੀ ਖੱਟੜ ਸਰਕਾਰ ਨੇ ਬੁਢਾਪਾ ਪੈਨਸ਼ਨ ਨੂੰ ਲੈ ਕੇ ਵੱਡਾ ਫੈਸਲਾ ਲੈ ਲਿਆ ਹੈ ਮੱਧ ਪ੍ਰਦੇਸ਼ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਪੰਜਾਬ ਨੂੰ ਲੈ ਕੇ ਵੱਡੇ-ਵੱਡੇ ਦਾਅਵੇ ਠੋਕੇ ਗਏ ਹਨ ਸੁਖपाल ਸਿੰਘ ਖੈਰਾ ਦੇ ਖਿਲਾਫ ਪੰਜਾਬ ਸਰਕਾਰ ਦੇ ਵੱਲੋਂ ਇੱਕ ਨਵੀਂ ਯੋਜਨਾ ਤਿਆਰ ਕੀਤੀ ਗਈ ਹੈ ਸਿੱਧੂ ਮੂਸੇਵਾਲਾ ਕਤਲकांड ਨੂੰ ਲੈ ਕੇ ਸਚਨ ਵਿਸ਼ਨੂੰੀ ਦੇ ਵੱਲੋਂ ਵੱਡੇ ਖੁਲਾਸੇ ਕੀਤੇ ਗਏ ਹਨ ਨਸ਼ਿਆਂ ਦੇ ਖਿਲਾਫ ਪਿੰਡਾਂ ਦੇ ਲੋਕ ਹੁਣ ਆਪ ਹੀ ਫੈਸਲੇ ਸਲੇ ਕਰਨ ਲੱਗ ਪਏ ਨੇ ਰਜਿਸਟਰੀਆਂ ਨੂੰ ਲੈ ਕੇ ਮਾਨ ਸਰਕਾਰ ਨੇ ਨਵੇਂ ਹੁਕਮ ਜਾਰੀ ਕੀਤੇ ਨੇ ਤੁਹਾਨੂੰ ਸਾਰੀ ਜਾਣਕਾਰੀ ਦਿਆਂਗੇ ਪਰ ਸਭ ਤੋਂ ਪਹਿਲਾਂ ਸ਼ੁਰੂਆਤ ਮੋਦੀ ਸਰਕਾਰ ਤੋਂ ਕਰਦੇ ਹਾਂ ਜਿਉਂ-ਜਿਉਂ ਲੋਕ ਸਭਾ ਚੋਣਾਂ 2024 ਨੇੜੇ ਆ ਰਹੀਆਂ ਨੇ ਮੋਦੀ ਸਰਕਾਰ ਦੇ ਵੱਲੋਂ ਲੋਕਾਂ ਦੇ ਪੱਖ ਦੇ ਵਿੱਚ ਅਹਿਮ ਐਲਾਨ ਕੀਤੇ ਜਾ ਰਹੇ ਨੇ ਘਰੇਲੂ ਗੈਸ ਸਿਲੰਡਰ ਦੇ ਰੇਟ ਲਗਾਤਾਰ ਕੇਂਦਰ ਸਰਕਾਰ ਦੇ ਵੱਲੋਂ ਘਟਾਏ ਜਾ ਰਹੇ ਨੇ ਅਤੇ ਹੁਣ ਨਵੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਗਰੀਬਾਂ ਨੂੰ ਲੈ ਕੇ ਮੋਦੀ ਸਰਕਾਰ ਦੇ ਵੱਲੋਂ ਇੱਕ ਹੋਰ ਅਹਿਮ ਐਲਾਨ ਕੀਤਾ ਜਾ ਸਕਦਾ ਹੈ ਕੇਂਦਰ ਦੀ ਮੋਦੀ ਸਰਕਾਰ ਦੇ ਵੱਲੋਂ ਗਰੀਬਾਂ ਨੂੰ ਮੁਫਤ ਅਨਾਜ ਦਿੱਤਾ ਜਾਂਦਾ ਹੈ ਪ੍ਰਧਾਨ ਮੰਤਰੀ ਗਰੀਬ ਕਲਿਆਣਾ ਅਨ ਯੋਜਨਾ ਐਸਏ ਯੋਜਨਾ ਦਾ ਨਾਮ ਹੈ ਇਸ ਦੇ ਤਹਿਤ ਭਾਰਤ ਦੇ ਵਿੱਚ 81.35 ਕਰੋੜ ਲੋਕਾਂ ਨੂੰ ਮੁਫਤ ਅਨਾਜ ਕੇਂਦਰ ਸਰਕਾਰ ਦੇ ਵੱਲੋਂ ਦਿੱਤਾ ਜਾਂਦਾ ਹੈ ਇਸ ਯੋਜਨਾ ਨੂੰ ਲੈ ਕੇ ਦੋ ਅਹਿਮ ਐਲਾਨ ਸਰਕਾਰ ਦੇ ਵੱਲੋਂ ਕੀਤੇ ਜਾ ਸਕਦੇ ਹਨ ਦਸੰਬਰ ਮਹੀਨੇ ਤੱਕ ਮੋਦੀ ਸਰਕਾਰ ਨੇ ਆਖਿਆ ਹੈ ਕਿ ਇਹ ਅਨਾਜ ਅਸੀਂ ਮੁਫਤ ਦੇ ਵਿੱਚ ਗਰੀਬਾਂ ਨੂੰ ਦੇਵਾਂਗੇ ਪਰ ਖਬਰ ਇਹ ਆ ਰਹੀ ਹੈ ਕਿ ਦਸੰਬਰ ਤੋਂ ਬਾਅਦ ਵੀ ਇਹ ਮੁਫਤ ਅਨਾਜ ਦੀ ਯੋਜਨਾ ਜਾਰੀ ਰੱਖੀ ਜਾ ਸਕਦੀ ਹੈ ਵੱਡਾ ਫੈਸਲਾ ਮੋਦੀ ਸਰਕਾਰ ਦੇ ਵੱਲੋਂ ਲਿਆ ਜਾ ਸਕਦਾ ਹੈ ਪਹਿਲਾ ਦੂਜਾ ਫੈਸਲਾ ਇਹ ਲਿਆ ਜਾ ਸਕਦਾ ਹੈ ਕਿ ਹੁਣ 81 ਕਰੋੜ 35 ਲੱਖ ਗਰੀਬਾਂ ਨੂੰ ਮੁਫਤ ਅਨਾਜ ਦਿੱਤਾ ਜਾ ਰਿਹਾ ਹੈ ਅਤੇ ਇਸ ਦਾ ਵਿਸਥਾਰ ਕੀਤਾ ਜਾ ਸਕਦਾ ਹੈ ਪਾਵਾਂ ਇਸ ਤੋਂ ਵੀ ਵੱਧ ਲੋਕਾਂ ਨੂੰ ਮੁਫਤ ਦੇ ਵਿੱਚ ਅਨਾਜ ਕੇਂਦਰ ਸਰਕਾਰ ਦੇ ਵੱਲੋਂ ਮੁਹੱਈਆ ਕਰਵਾਇਆ ਜਾ ਸਕਦਾ ਹੈ ਇਹ ਦੋ ਅਹਿਮ ਐਲਾਨ ਹਨ ਮੋਦੀ ਸਰਕਾਰ ਦੇ ਵੱਲੋਂ ਚੋਣਾਂ ਨੂੰ ਮੁੱਖ ਰੱਖਦਿਆਂ ਕੀਤੇ ਜਾ ਸਕਦੇ ਹਨ ਹਾਲਾਂਕਿ ਭਾਰਤੀ ਜਨਤਾ ਪਾਰਟੀ ਕਹਿੰਦੀ ਹੈ ਕਿ ਗਰੀਬਾਂ ਬਾਰੇ ਸੋਚਦੇ ਹਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਹ ਸੇ ਕਰਕੇ ਉਹਨਾਂ ਦੇ ਵੱਲੋਂ ਗਰੀਬਾਂ ਦੇ ਹਿੱਤ ਦੇ ਵਿੱਚ ਇਹ ਫੈਸਲੇ ਲਏ ਜਾ ਰਹੇ ਨੇ ਇਹਨਾਂ ਨੂੰ ਚੋਣਾਂ ਦੇ ਨਾਲ ਜੋੜ ਕੇ ਨਹੀਂ ਵੇਖਿਆ ਜਾਣਾ ਚਾਹੀਦਾ ਭਾਜਪਾ ਦੇ ਵੱਲੋਂ ਇਹ ਦਾਅਵਾ ਕੀਤਾ جا ਰਿਹਾ ਹੈ ਅਗਲੀ ਖਬਰ ਦੇ ਵੱਲ ਵਧਦੇ ਹਾਂ ਹਰਿਆਣਾ ਦੇ ਵਿੱਚ ਵੀ ਬੀਜੇਪੀ ਦੀ ਸਰਕਾਰ ਹੈ ਮਨੋਹਰ ਲਾਲ ਖੱਟੜ ਮੁੱਖ ਮੰਤਰੀ ਹਨ ਉਹਨਾਂ ਦੇ ਵੱਲੋਂ ਬੁਢਾਪਾ ਪੈਨਸ਼ਨ ਨੂੰ ਲੈ ਕੇ ਇੱਕ ਅਹਿਮ ਐਲਾਨ ਕਰ ਦਿੱਤਾ ਗਿਆ ਹੈ ਮਨੋਹਰ ਲਾਲ ਖੱਟੜ ਨੇ ਐਲਾਨ ਕੀਤਾ ਹੈ ਕਿ ਹਰਿਆਣਾ ਦੇ ਵਿੱਚ ਬੁਢਾਪਾ ਪੈਨਸ਼ਨ 3000 ਰੁਪਏ ਪ੍ਰਤੀ ਮਹੀਨਾ ਕਰ ਦਿੱਤੀ ਜਾਵੇਗੀ ਇਸ ਵੇਲੇ ਹਰਿਆਣਾ ਦੇ ਵਿੱਚ 2750 ਰੁਪਏ ਪ੍ਰਤੀ ਮਹੀਨਾ ਬੁਢਾਪਾ ਪੈਨਸ਼ਨ ਦਿੱਤੀ ਜਾਂਦੀ ਹੈ ਅਤੇ ਖੱਟੜ ਨੇ ਇਸ ਨੂੰ 3000 ਰੁਪਏ ਪ੍ਰਤੀ ਮਹੀਨਾ ਕਰਨ ਦਾ ਕਰ ਦਿੱਤਾ ਹੈ ਅਤੇ ਨਾਲ ਹੀ ਉਹਨਾਂ ਨੇ ਆਖਿਆ ਕਿ ਇਸ ਫੈਸਲੇ ਨੂੰ ਛੇਤੀ ਹੀ ਹਰਿਆਣੇ ਦੇ ਵਿੱਚ ਲਾਗੂ ਵੀ ਕਰ ਦਿੱਤਾ ਜਾਵੇਗਾ ਮਨੋਹਰ لال ਖੱਟੜ ਜਦੋਂ ਕੋਈ ਐਲਾਨ ਕਰਦੇ ਹਨ ਤਾਂ ਉਸ ਤੋਂ ਕੁਝ ਸਮੇਂ ਬਾਅਦ ਹੀ ਉਸ ਐਲਾਨ ਨੂੰ ਲਾਗੂ ਵੀ ਕਰ ਦਿੰਦੇ ਨੇ ਪਹਿਲਾਂ ਵੀ ਕਈ ਫੈਸਲੇ ਅਤੇ ਇਹ ਗੱਲ ਵੇਖੀ ਗਈ ਹੈ ਅਤੇ ਜੇਕਰ ਹੁਣ ਐਲਾਨ ਕਰ ਦਿੱਤਾ ਹੈ ਮਨੋਹਰ لال ਖੱਟੜ ਨੇ ਤਾਂ ਮੰਨਿਆ ਜਾ ਰਿਹਾ ਹੈ ਕਿ ਚੋਣਾਂ ਤੋਂ ਪਹਿਲਾਂ ਪਹਿਲਾਂ ਇਹ ਪੈਨਸ਼ਨ ਬੁਢਾਪਾ ਪੈਨਸ਼ਨ 3000 ਰੁਪਏ ਪ੍ਰਤੀ ਮਹੀਨਾ ਕੀਤੀ ਜਾ ਸਕਦੀ ਹੈ ਅਗਲੀ ਖਬਰ ਦੇ ਵੱਲ ਵਧਦੇ ਆ ਭਾਰਤ ਦੇ ਪੰਜ ਸੂਬਿਆਂ ਦੇ ਵਿੱਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇਹਨਾਂ ਚੋਣਵੀ ਸੂਬਿਆਂ ਦਾ ਦੌਰਾ ਕੀਤਾ ਜਾ ਰਿਹਾ ਹੈ ਅਤੇ ਆਮ ਆਦਮੀ ਪਾਰਟੀ ਲਈ ਵੋਟਾਂ ਮੰਗਣ ਦਾ ਕੰਮ ਮੁੱਖ ਮੰਤਰੀ ਭਗਵੰਤ ਮਾਨ ਕਰ ਰਹੇ ਹਨ ਬੀਤੇ 2 ਦਿਨ ਉਹ ਮੱਧ ਪ੍ਰਦੇਸ਼ ਦੇ ਦੌਰੇ ਤੇ ਸਨ ਜਿੱਥੇ ਉਹਨਾਂ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਲਈ ਵੋਟਾਂ ਮੰਗਣ ਦਾ ਕੰਮ ਕੀਤਾ ਗਿਆ ਪੰਜਾਬ ਦੇ ਵਿੱਚ ਉਹਨਾਂ ਦੀ ਸਰਕਾਰ ਹੈ ਪੰਜਾਬ ਦੀਆਂ ਉਦਾਹਰਨਾ ਦੇ ਦੇ ਕੇ ਉਹਨਾਂ ਨੇ ਮੱਧ ਪ੍ਰਦੇਸ਼ ਦੇ ਲੋਕਾਂ ਤੋਂ ਵੋਟਾਂ ਮੰਗੀਆਂ ਨੇ ਮੁੱਖ ਮੰਤਰੀ ਨੇ ਆਖਿਆ ਕਿ ਪੰਜਾਬ ਦੇ ਵਿੱਚ ਤਰੱਕੀ ਹੋ ਰਹੀ ਹੈ ਤਰੱਕੀ ਦੇ ਵੱਲ ਵਧ ਰਿਹਾ ਏ ਪੰਜਾਬ ਕਿਉਂਕਿ ਉਥੇ ਹੈ ਆਪਦੀ ਸਰਕਾਰ ਭਗਵੰਤ ਮਾਨ ਨੇ ਮੱਧ ਪ੍ਰਦੇਸ਼ ਦੇ ਲੋਕਾਂ ਨੂੰ ਦੱਸਿਆ ਕਿ ਜਦੋਂ ਤੋਂ ਮੈਂ ਮੁੱਖ ਮੰਤਰੀ ਬਣਿਆ ਪੰਜਾਬ ਦਾ ਉਥੇ ਮੈਂ 37758 ਸਰਕਾਰੀ ਨੌਕਰੀਆਂ ਦੇ ਚੁੱਕਾ ਹਾਂ ਪੰਜਾਬ ਦੇ ਵਿੱਚ 90% ਦੀਆਂ ਘਰਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਆਉਂਦਾ ਹੈ 700 ਮਹੱਲਾ ਕਲੀਨਿਕ ਅਸੀਂ ਖੋਲ੍ਹ ਦਿੱਤੇ ਨੇ ਜਿਸ ਦੇ ਨਾਲ ਲੋਕਾਂ ਨੂੰ ਬਹੁਤ ਸੌਖ ਹੋ ਗਈ ਹੈ ਬਿਲਕੁਲ ਘਰਾਂ ਦੇ ਨਜ਼ਦੀਕ ਹੀ ਕਲੀਨਿਕ ਬਣਾ ਦਿੱਤੇ ਗਏ ਨੇ ਲੋਕਾਂ ਨੂੰ ਇਲਾਜ ਕਰਵਾਉਣ ਲਈ ਦੂਰ ਨਹੀਂ ਜਾਣਾ ਪੈਂਦਾ ਮਹੱਲਾ ਕਲੀਨਿਕਾਂ ਦੇ ਵਿੱਚ ਸਾਰਾ ਇਲਾਜ ਵੀ ਮੁਫਤ ਹੈ ਅਤੇ ਜਿੰਨੇ ਵੀ ਟੈਸਟ ਹੁੰਦੇ ਨੇ ਉਹ ਵੀ ਸਾਰੇ ਮੁਫਤ ਹਨ ਹੁਣ ਤੱਕ ਮਹੱਲਾ ਕਲੀਨਿਕਾਂ ਦੇ ਵਿੱਚ 60 ਲੱਖ ਤੋਂ ਵੱਧ ਲੋਕ ਆਪਣਾ ਇਲਾਜ ਬਿਲਕੁਲ ਮੁਫਤ ਕਰਵਾ ਚੁੱਕੇ ਹਨ ਜੀ ਇੱਕ ਕਰ ਇਹ ਸਾਰੀਆਂ ਸਹੂਲਤਾਂ ਜੋ ਕਿ ਪੰਜਾਬ ਦੇ ਵਿੱਚ ਮਿਲ ਰਹੀਆਂ ਨੇ ਤੁਸੀਂ ਵੀ ਲੈਣਾ ਚਾਹੁੰਦੇ ਹੋ ਮੱਧ ਪ੍ਰਦੇਸ਼ ਦੇ ਲੋਕੋ ਤਾਂ ਆਮ ਆਦਮੀ ਪਾਰਟੀ ਨੂੰ ਵੋਟਾਂ ਪਾ ਦਿਓ ਜੇਕਰ ਬਦਲਾ ਲਿਆਉਣਾ ਚਾਹੁੰਦੇ ਹੋ ਜਿਵੇਂ ਕਿ ਪੰਜਾਬੀਆਂ ਨੇ ਲਿਆਂਦਾ ਸੀ ਅਤੇ ਹੁਣ ਪੰਜਾਬੀ ਖੁਸ਼ ਨੇ ਜੇਕਰ ਤੁਸੀਂ ਵੀ ਬਦਲਾ ਲਿਆ ਕੇ ਖੁਸ਼ ਹੋਣਾ ਚਾਹੁੰਦੇ ਹੋ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਮੱਧ ਪ੍ਰਦੇਸ਼ ਦੇ ਵਿੱਚ ਬਣਾ ਦਿਓ ਇਹ ਸਾਰੇ ਦਾਵੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਚੋਣ ਪ੍ਰਚਾਰ ਦੌਰਾਨ ਕੀਤੇ ਗਏ ਹਨ ਨਾਲ ਹੀ ਉਹਨਾਂ ਨੇ ਕੇਂਦਰ ਸਰਕਾਰ ਤੇ ਬੀਜੇਪੀ ਤੇ ਵੀ ਤਿੱਖੇ ਨਿਸ਼ਾਨੇ ਸਾਧੇ ਭਗਵੰਤ ਮਾਨ ਨੇ ਆਖਿਆ ਜਿਹੜੇ ਸਾਡੇ ਵਧੀਆ-ਵਧੀਆ ਲੀਡਰ ਹਨ ਉਹਨਾਂ ਨੂੰ ਚੁਣ-ਚੁਣ ਕੇ ਕੇਂਦਰ ਸਰਕਾਰ ਦੇ ਵੱਲੋਂ ਜੇਲ੍ਹ ਦੇ ਵਿੱਚ ਸੁਟਿਆ ਜਾ ਰਿਹਾ ਏ ਸਤਿੰਦਰ ਜੈਨ ਨੇ ਵਧੀਆ ਹਸਪਤਾਲ ਬਣਾ ਦਿੱਤੇ ਸਨ ਦਿੱਲੀ ਦੇ ਵਿੱਚ ਇਹਨਾਂ ਨੇ ਫੜ ਕੇ ਅੰਦਰ ਸੁੱਟ ਦਿੱਤਾ ਮਨੀਸ਼ ਸिसोदिया ਨੇ ਸਾਰੇ ਸਰਕਾਰੀ ਸਕੂਲ ਪ੍ਰਾਈਵੇਟ ਤੋਂ ਵੀ ਵਧੀਆ ਬਣਾ ਦਿੱਤੇ ਸਨ ਦਿੱਲੀ ਦੇ ਵਿੱਚ ਇਹਨਾਂ ਨੇ ਫੜ ਕੇ ਸिसोदिया ਵੀ ਅੰਦਰ ਸੁੱਟ ਦਿੱਤਾ ਅਡਾਨੀ ਦੇ ਖਿਲਾਫ ਆਵਾਜ਼ ਚੁੱਕਦੇ ਸਨ ਸੰਜੀਤ ਸਿੰਘ ਇਹਨਾਂ ਨੇ ਫੜ ਕੇ ਸੰਜੀਤ ਸਿੰਘ ਨੂੰ ਵੀ ਜੇਲ੍ਹ ਦੇ ਵਿੱਚ ਸੁੱਟ ਦਿੱਤਾ ਹੈ ਪਰ ਕੋਈ ਗੱਲ ਨਹੀਂ ਸਿਆਸੀ ਬਦਲਾਖੋਰੀ ਦੇ ਖਿਲਾਫ ਅਸੀਂ ਡਟ ਕੇ ਲੜਾਈ ਲੜਾਂਗੇ ਅਸੀਂ ਕਿਸੇ ਹੋਰ ਹੀ ਮਿੱਟੀ ਦੇ ਬਣੇ ਹੋਏ ਆ ਸਿਆਸੀ ਬਦਲਾਖੋਰੀ ਨਾਲ ਸਾਡੇ ਹੌਸਲੇ ਨਹੀਂ ਟੁੱਟਣਗੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੱਧ ਪ੍ਰਦੇਸ਼ ਦੇ ਵਿੱਚ ਇਹ ਸਭ ਗੱਲਾਂ ਆਖੀਆਂ ਅਗਲੀ ਖਬਰ ਦੇ ਵੱਲ ਵਧਦੇ ਆ ਉਹ ਲੱਤ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖੈਰਾ ਦਾ 2 ਦਿਨਾਂ ਦਾ ਰਿਮਾਂਡ ਮਿਲ ਗਿਆ ਸੀ ਪੁਲਿਸ ਨੂੰ ਅਤੇ ਹੁਣ ਕੁਝ ਨਵੀਆਂ ਮੀਡੀਆ ਰਿਪੋਰਟਾਂ ਸਾਹਮਣੇ ਆਈਆਂ ਨੇ ਜਿਨ੍ਹਾਂ ਦੇ ਮੁਤਾਬਕ ਹੁਣ ਮਾਨ ਸਰਕਾਰ ਦੇ ਵੱਲੋਂ ਸੁਖਪਾਲ ਸਿੰਘ ਖੈਰਾ ਦੇ ਖਿਲਾਫ ਇੱਕ ਨਵੀਂ ਯੋਜਨਾ ਬਣਾਈ ਗਈ ਹੈ ਯੋਜਨਾ ਇਹ ਬਣਾਈ ਗਈ ਹੈ ਕਿ ਜਦੋਂ ED ਨੇ ਕੇਸ ਚਲਾਇਆ ਸੀ ਸੁਖਪਾਲ ਸਿੰਘ ਖੈਰਾ ਦੇ ਖਿਲਾਫ ਉਹਨਾਂ ਦੇ ਵੱਲੋਂ ਇੱਕ ਕੇਸ ਤਿਆਰ ਕੀਤਾ ਗਿਆ ਸੀ ਖੈਰਾ ਦੇ ਖਿਲਾਫ ਅਤੇ ਜੋ ਉਹਨਾਂ ਨੇ ਰਿਪੋਰਟ ਬਣਾਈ ਸੀ 80 ਪੰਨਿਆਂ ਦੀ ਉਹ ਰਿਪੋਰਟ ਦੱਸੀ ਜਾਂਦੀ ਹੈ ਹੁਣ ਪੁਲਿਸ ਦੇ ਵੱਲੋਂ ED ਦੀ 80 ਪੰਨਿਆਂ ਦੀ ਰਿਪੋਰਟ ਦੇ ਆਧਾਰ ਤੇ ਖੈਰਾ ਦੇ ਖਿਲਾਫ ਜਾਂਚ ਕੀਤੀ ਜਾ ਸਕਦੀ ਹੈ ਇਹ ਯੋਜਨਾ ਬਣਾਈ ਗਈ ਹੈ ਕਿ ਜੋ ED ਨੇ ਰਿਪੋਰਟ ਤਿਆਰ ਕੀਤੀ ਹੈ ਉਸ ਨੂੰ ਆਧਾਰ ਬਣਾ ਕੇ ਸੁਖਪਾਲ ਸਿੰਘ ਖੈਰਾ ਦੇ ਖਿਲਾਫ ਜਾਂਚ ਕੀਤੀ ਜਾਵੇ ਮੀਡੀਆ ਰਿਪੋਰਟਾਂ ਇਹ ਦਾਅਵਾ ਕਰ ਰਹੀਆਂ ਨੇ ਜੇਕਰ ਸੱਚਮੁੱਚ ਹੀ ਅਜਿਹਾ ਪੰਜਾਬ ਪੁਲਿਸ ਦੇ ਵੱਲੋਂ ਕੀਤਾ ਗਿਆ ਸਰਕਾਰ ਦੇ ਵੱਲੋਂ ਕੀਤਾ ਗਿਆ ਤਾਂ ਸੁਖਪਾਲ ਸਿੰਘ ਖੈਰਾ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਨੇ ਕਿਉਂਕਿ ਮੁਸ਼ਕਲਾਂ ਤਾਂ ਪਹਿਲਾਂ ਹੀ ਵਧੀਆਂ ਹੋਈਆਂ ਨੇ ਪਹਿਲਾਂ ਰਿਮਾਂਡ ਨਹੀਂ ਮਿਲਿਆ ਸੀ ਸਿਰਫ 2 ਦਿਨਾਂ ਦਾ ਹੀ ਮਿਲਿਆ ਸੀ ਕਿ ਨਿਆਂਇਕ ਹਿਰਾਸਤ ਤੇ ਭੇਜ ਦਿੱਤਾ ਗਿਆ ਸੀ ਨਿਆਂਇਕ ਹਿਰਾਸਤ ਖਤਮ ਹੋਣ ਤੋਂ ਬਾਅਦ ਅਦਾਲਤ ਦੇ ਵਿੱਚ ਪੇਸ਼ ਕੇ ਫੇਰ ਦੋ ਦਿਨਾਂ ਦਾ ਰਿਮਾਂਡ ਪੁਲਿਸ ਨੂੰ ਮਿਲ ਗਿਆ ਸੀ ਅਤੇ ਹੁਣ ਜੋ ਪੰਜਾਬ ਸਰਕਾਰ ਨੇ ਨਵੀਂ ਯੋਜਨਾ ਬਣਾਈ ਆ ਸੁਖਪਾਲ ਸਿੰਘ ਖਹਿਰਾ ਦੇ ਖਿਲਾਫ ਇਸ ਦੇ ਨਾਲ ਖਹਿਰਾ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਨੇ ਅਗਲੀ ਖਬਰ ਦੇ ਵੱਲ ਵਧਦੇ ਆ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧੀ ਪਾਰਟੀਆਂ ਦੇ ਲੀਡਰਾਂ ਨੂੰ ਖੁੱਲੀ ਬਹਿਸ ਦਾ ਚੈਲੰਜ ਕੀਤਾ ਸੀ ਉਹ ਚੈਲੰਜ ਵਾਲਾ ਮੁੱਦਾ ਥੋੜਾ ਜਿਹਾ ਠੰਡਾ ਪਿਆ ਉਸੇ ਵੇਲੇ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਵਾਰ ਫਿਰ ਤੋਂ ਉਸ ਮੁੱਦੇ ਨੂੰ ਹਵਾ ਦੇ ਦਿੱਤੀ ਹੈ ਇੱਕ ਵਾਰ ਫਿਰ ਤੋਂ ਮੱਧ ਪ੍ਰਦੇਸ਼ ਦੇ ਵਿੱਚ ਬੈਠਿਆਂ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਫੇਸਬੁੱਕ ਤੇ ਪੋਸਟ ਪਾ ਦਿੱਤੀ ਜਿਸ ਦੇ ਨਾਲ ਪੰਜਾਬ ਦੀ ਸਿਆਸਤ ਇੱਕ ਵਾਰ ਫਿਰ ਤੋਂ ਭਖ ਗਈ ਕਾਫੀ ਖਰੀਆਂ ਖਰੀਆਂ ਸੁਣਾਈਆਂ ਅਤੇ ਨਿੱਜੀ ਹਮਲੇ ਵੀ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਵਿਰੋਧੀ ਪਾਰਟੀਆਂ ਦੇ ਲੀਡਰਾਂ ਤੇ ਕੀਤੇ ਗਏ ਕਿ ਥੋੜੀ ਬਹੁਤੀ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਤੁਰਨ ਲੱਗਿਆਂ ਕਰੋ ਸ਼ਰਮ ਨਾਲ ਲੈ ਕੇ ਤੁਰਦੇ ਹੋ ਜਾਂ ਫਿਰ ਨਹੀਂ ਅਜਹੀ ਭਾਸ਼ਾ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਵਰਤੀ ਗਈ ਅਤੇ ਆਖਿਆ ਗਿਆ 1 ਨਵੰਬਰ ਨੂੰ ਬਹਿਸ ਹੋਵੇਗੀ ਉਸ ਦੇ ਵਿੱਚ ਆਪਣੇ ਸਾਰੇ ਕਾਰਨਾਮਿਆਂ ਦੇ ਕੱਚੇ ਚਿੱਠੇ ਲੈ ਕੇ ਪਹੁੰਚਿਓ ਕੁਰਸੀ ਨਾਵੇਂ ਲੈ ਕੇ ਪਹੁੰਚਿਓ ਅਜਹੀ ਭਾਸ਼ਾ ਮੁੱਖ ਮੰਤਰੀ ભગવંત માણે ਇਥੇ ਆਪਣੀ પોસ્ટ ਦੇ ਵਿੱਚ ਵਰਤੀ ਹੈ ਇਹ ਸ਼ਬਦ ਵਰਤੇ ਹਨ ਜਿਨ੍ਹਾਂ ਦਾ ਜਵਾਬ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਦਿੱਤਾ ਗਿਆ ਅਤੇ ਤਿੱਖੀ ਭਾਸ਼ਾ ਬਾਜਵਾ ਨੇ ਵੀ ਵਰਤ ਦਿੱਤੀ ਪੰਜਾਬ ਦੇ ਮੁੱਖ ਮੰਤਰੀ ਦੇ ਖਿਲਾਫ ਪ੍ਰਤਾਪ ਸਿੰਘ ਬਾਜਵਾ ਨੇ ਲਿਖਿਆ ਕਿ ਮਹਾਰਾਜਾ ਸਤੋਜ ਜਦੋਂ ਸੁਪਰੀਮ ਕੋਰਟ ਦੀਆਂ ਹਦਾਇਤਾਂ ਤੇ ਐਸਵਾਈਐਲ ਦੇ ਸਰਵੇਖਣ ਲਈ ਟੀਮ ਪੰਜਾਬ ਆਵੇਗੀ ਸਭ ਤੋਂ ਪਹਿਲਾਂ ਉਸ ਤੇ ਆਪਣੀ ਪਾਰਟੀ ਅਤੇ ਸਰਕਾਰ ਦਾ ਸਟੈਂਡ ਸਪਸ਼ਟ ਕਰੋ ਇਹ ਇੱਕ ਵਾਰ ਫਿਰ ਤੋਂ ਉਹਨਾਂ ਨੇ ਸਟੈਂਡ ਸਪਸ਼ਟ ਕਰਨ ਦੀ ਮੰਗ ਕਰ ਦਿੱਤੀ ਹੈ ਅਤੇ ਇਸ ਤੋਂ ਇਲਾਵਾ ਅੱਗੇ ਹੋਰ ਮੋੜਵੇਂ ਜਵਾਬ ਦੇਣ ਦਾ ਕੰਮ ਆਪਣੀ ਪੋਸਟ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਕੀਤਾ ਗਿਆ ਹੈ ਸਵਾਲ ਪੁੱਛ ਕੇ ਅਖੀਰ ਦੇ ਵਿੱਚ ਬਾਜਵਾ ਨੇ ਲਿਖਿਆ ਇਹ ਪੰਜਾਬ ਤੁਹਾਡੇ ਜਵਾਬ ਦੀ ਉਡੀਕ ਕਰ ਰਿਹਾ ਵਿਰੋਧੀ ਪਾਰਟੀਆਂ ਦੇ ਵੱਲੋਂ ਲਗਾਤਾਰ ਇੱਕੋ ਹੀ ਸਵਾਲ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੁੱਛਿਆ ਜਾ ਰਿਹਾ ਹੈ ਕਿ ਸੁਪਰੀਮ ਕੋਰਟ ਦੇ ਵਿੱਚ ਤੁਸੀਂ ਇਹ ਗੱਲ ਕਿਉਂ ਆਖੀ ਕਿ ਅਸੀਂ ਐਸਵਾਈਐਲ ਨਹਿਰ ਬਣਾਉਣਾ ਚਾਹੁੰਦੇ ਹਾਂ ਪਰ ਵਿਰੋਧੀ ਪਾਰਟੀਆਂ ਇਸ ਦੇ ਵਿੱਚ ਅੜਿੱਕਾ ਬਣੀਆਂ ਹੋਈਆਂ ਨੇ ਤੁਸੀਂ ਇਹ ਗੱਲ ਕਿਉਂ ਆਖੀ ਕਿ ਅਸੀਂ ਐਸਵਾਈਐਲ ਨਹਿਰ ਬਣਾਉਣਾ ਚਾਹੁੰਦੇ ਹਾਂ ਇਹ ਜਵਾਬ ਮੰਗ ਰਹੇ ਨੇ ਵਿਰੋਧੀ ਲੀਡਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਹਾਲ ਦੀ ਘੜੀ ਇਸ ਸਵਾਲ ਦਾ ਜਵਾਬ ਨਹੀਂ ਦਿੱਤਾ ਗਿਆ ਹੈ ਅੱਗੇ ਵਧਦੇ ਹਾਂ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਵੀ ਮੁੱਖ ਮੰਤਰੀ ਦੇ ਵੱਲੋਂ ਚੈਲੰਜ ਕੀਤਾ ਗਿਆ ਸੀ ਅਤੇ ਉਹਨਾਂ ਨੇ ਨਾ ਕਰ ਦਿੱਤੀ ਹੈ ਸੁਨੀਲ ਜਾਖੜ ਦੇ ਵੱਲੋਂ ਚੰਡੀਗੜ੍ਹ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਨੇ ਸਿੱਧੇ ਅਤੇ ਸਾਫ਼ ਸ਼ਬਦਾਂ ਦੇ ਵਿੱਚ ਆਖਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਜੋ ਸ਼ਗੂਫਾ ਛੱਡਿਆ ਹੈ ਉਹ ਇਸ ਲਈ ਛੱਡਿਆ ਹੈ ਤਾਂ ਜੋ ਸਾਰੇ ਮੁੱਦਿਆਂ ਤੋਂ ਧਿਆਨ ਹਟ ਜਾਵੇ ਅਤੇ ਸਾਰਾ মিডিਆ ਇਹ ਖਬਰਾਂ ਚਲਾਉਣ ਲੱਗ ਪਵੇ ਕਿ ਮੁੱਖ ਮੰਤਰੀ ਨੇ ਵਿਰੋਧੀਆਂ ਨੂੰ ਚੈਲੰਜ ਕੀਤਾ ਹੈ ਕਿਉਂਕਿ ਇਸ ਵੇਲੇ ਸਰਕਾਰ ਘिरी ਹੋਈ ਹੈ ਸੁਪਰੀਮ ਕੋਰਟ ਦੇ ਵਿੱਚ ਇਹਨਾਂ ਨੇ ਆਖ ਦਿੱਤਾ ਅਸੀਂ ਐਸਵਾਈਐਲ ਨਹਿਰ ਬਣਾਉਣਾ ਚਾਹੁੰਦੇ ਆ ਵਿਰੋਧੀ ਪਾਰਟੀਆਂ ਨਹੀਂ ਬਣਾਉਂ ਦਿੰਦੀਆਂ ਪੰਜਾਬ ਦੇ ਵਿੱਚ ਨਸ਼ੇ ਨਾਲ ਵੇਖੋ ਕਿੰਨੀਆਂ ਮੌਤਾਂ ਹੋ ਰਹੀਆਂ ਨੇ ਆਰਥਿਕਤਾ ਵੇਖੋ ਪੰਜਾਬ ਦੀ ਕਿਵੇਂ ਡਾਵਾ ਡੋਲ ਹੋਈ ਪਈ ਹੈ ਨਜਾਇਜ਼ ਮਾਈਨਿੰਗ ਪੰਜਾਬ ਦੇ ਵਿੱਚ ਢੱਲੇ ਨਾਲ ਚੱਲੀ ਜਾਂਦੀ ਹੈ ਸਰਕਾਰ ਘिरी ਪਈ ਹੈ ਮੁੱਖ मंत्री ਧਿਆਨ ਭਟਕਾਉਣਾ ਚਾਹੁੰਦੇ ਨੇ ਇਸ ਕਰਕੇ ਅਸੀਂ ਉਹਨਾਂ ਦੀ ਇਸ ਸਾਜ਼ਿਸ਼ ਦੇ ਵਿੱਚ ਨਹੀਂ ਫਸਾਂਗੇ ਨਾਲ ਹੀ ਸੁਨੀਲ ਜਾਖੜ ਨੇ ਆਖਿਆ ਟਗੋਰ ਥੀਏਟਰ ਕਰ ਲਿਆ ਏ ਬਹਿਸ ਦੇ ਲਈ ਟਗੋਰ ਥੀਏਟਰ ਦੇ ਵਿੱਚ ਮੈਂ ਕੋਈ ਨਟਕੀ ਬਾਜ਼ ਹਾਂ ਨਾ ਹੀ ਮੈਂ ਨਟਕੀ ਬਾਜ਼ ਹਾਂ ਨਾ ਹੀ ਮੈਨੂੰ ਚੁਟਕਲੇ ਸੁਣਾਉਣੇ ਆਉਂਦੇ ਨੇ ਫਿਰ ਮੈਂ ਟਗੋਰ ਥੀਏਟਰ ਦੇ ਵਿੱਚ ਜਾ ਕੇ ਕੀ ਕਰਨਾ ਏ ਮੈਂ ਨਹੀਂ ਜਾਵਾਂਗਾ ਜਾਖੜ ਨੇ ਨਾ ਕਰ ਦਿੱਤੀ ਆਮ ਆਦਮੀ ਪਾਰਟੀ ਨੇ ਆਖਿਆ ਜਾਖੜ ਕਹਿੰਦੇ ਕੀ ਇਸੇ ਕਰਕੇ ਭੱਜ ਗਏ ਨੇ ਕਿਉਂਕਿ ਮੋਦੀ ਸਰਕਾਰ ਨੇ ਤਾਂ ਆਪਣੇ ਕਾਰਜਕਾਲ ਦੇ ਵਿੱਚ ਲੋਕਾਂ ਦੇ ਖਿਲਾਫ ਹੀ ਫੈਸਲੇ ਲਏ ਨੇ ਬਹਿਸ ਦੇ ਵਿੱਚ ਆ ਕੇ ਜਾਖੜ ਕੀ ਕਹਿੰਦੇ ਇਸੇ ਕਰਕੇ ਹੀ ਉਹ ਬਹਿਸ ਤੋਂ ਭੱਜ ਗਏ ਨੇ ਇਹ ਗੱਲ ਆਮ ਆਦਮੀ ਪਾਰਟੀ ਨੇ ਆਖੀ ਹੈ ਅੱਗੇ ਵਧਦੇ ਆ ਮੀਡੀਆ ਰਿਪੋਰਟਾਂ ਸਾਹਮਣੇ ਆਈਆਂ ਸਨ ਕਿ 1 ਨਵੰਬਰ ਦੀ ਖੁੱਲੀ ਬਹਿਸ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ ਚੰਡੀਗੜ੍ਹ ਦਾ ਟਗੋਰ ਥੀਏਟਰ ਬੁੱਕ ਕਰ ਲਿਆ ਗਿਆ ਹੈ ਪਰ ਹੁਣ ਨਵੀਆਂ ਮੀਡੀਆ ਰਿਪੋਰਟਾਂ ਸਾਹਮਣੇ ਆਈਆਂ ਨੇ ਕਿ ਟਗੋਰ ਥੀਏਟਰ ਦੇ ਡਾਇਰੈਕਟਰ ਦੇ ਵੱਲੋਂ ਸਿੱਧੀ ਅਤੇ ਕੋਰੀ ਨਾ ਕਰ ਦਿੱਤੀ ਗਈ ਹੈ ਕਿ ਅਜਿਹਾ ਕੋਈ ਵੀ ਪ੍ਰੋਗਰਾਮ ਸਾਡੇ ਟਗੋਰ ਥੀਏਟਰ ਦੇ ਵਿੱਚ ਨਹੀਂ ਹੋਵੇਗਾ ਜਦੋਂ ਤੋਂ ਡਾਇਰੈਕਟਰ ਨੇ ਆਖਿਆ ਹੈ ਜਦੋਂ ਤੋਂ ਟੈਗੋਰ ਥੀਏਟਰ ਹੋਂਦ ਦੇ ਵਿੱਚ ਆਇਆ ਹੈ ਇੱਥੇ ਕੋਈ ਵੀ ਧਾਰਮਿਕ ਪ੍ਰੋਗਰਾਮ ਅਤੇ ਰਾਜਨੀਤਿਕ ਪ੍ਰੋਗਰਾਮ ਨਹੀਂ ਹੁੰਦਾ ਹੈ ਅਤੇ ਨਾ ਹੀ ਹੋਵੇਗਾ ਇਸ ਕਰਕੇ ਉਹਨਾਂ ਨੇ ਭਾਵ ਸਰਕਾਰ ਨੇ ਸਾਡੇ ਤੋਂ ਬੁਕਿੰਗ ਲਈ ਪੁੱਛਿਆ ਸੀ ਕਿ ਬੁਕਿੰਗ ਕਰਵਾਉਣੀ ਹੈ ਪਰ ਅਸੀਂ ਨਾ ਕਰ ਦਿੱਤੀ ਹੈ ਕੋਈ ਵੀ ਡਿਬੇਟ ਖੁੱਲੀ ਬਹਿਸ ਟੈਗੋਰ ਥੀਏਟਰ ਦੇ ਵਿੱਚ ਨਹੀਂ ਹੋਵੇਗੀ ਟੈਗੋਰ ਥੀਏਟਰ ਦੇ ਡਾਇਰੈਕਟਰ ਦੇ ਵੱਲੋਂ ਕਰਾਏ ਤੇ ਦੇਣ ਲਈ ਕੋਰੀ ਨਾ ਕਰ ਦਿੱਤੀ ਗਈ ਹੈ ਅੱਗੇ ਵਾਦੇ ਆ ਇਹ ਸਾਰੇ ਲੀਡਰ ਤਾਂ ਆਪਸ ਵਿੱਚ ਫੇਸਬੁੱਕ ਫੇਸਬੁੱਕ ਖੇਡ ਰਹੇ ਨੇ ਇੱਕ ਫੇਸਬੁੱਕ ਤੇ ਪੋਸਟ ਪਾਉਂਦਾ ਹੈ ਦੂਜਾ ਉਸ ਦਾ ਜਵਾਬ ਦਿੰਦਾ ਹੈ ਖੁੱਲ੍ਹੀ ਬਹਿਸ ਦੀਆਂ ਚੁਣੌਤੀਆਂ ਦਿੱਤੀਆਂ ਜਾ ਰਹੀਆਂ ਨੇ ਪਰ ਜੋ ਪੰਜਾਬ ਦੇ ਅਸਲੀ ਮੁੱਦੇ ਹਨ ਉਹਨਾਂ ਤੇ ਪੰਜਾਬ ਦੇ ਲੋਕ ਆਪੇ ਹੀ ਕੰਮ ਕਰ ਰਹੇ ਨੇ ਨਸ਼ਾ ਬਹੁਤ ਵੱਡੀ ਸਮੱਸਿਆ ਬਣ ਗਿਆ ਹੈ ਪੰਜਾਬ ਦੇ ਵਿੱਚ ਕਿਉਂਕਿ ਕਈ ਗੁਣਾ ਵੱਧ ਚੁੱਕਾ ਹੈ ਅਤੇ ਨਸ਼ੇ ਦੇ ਨਾਲ ਮੌਤਾਂ ਵੀ ਲਗਾਤਾਰ ਹੋ ਰਹੀਆਂ ਨੇ ਹੁਣ ਪਿੰਡਾਂ ਦੇ ਲੋਕ ਆਪਣੇ ਪੱਦਰਤੇ ਹੀ ਨਸ਼ੇ ਨੂੰ ਲੈ ਕੇ ਫੈਸਲੇ ਵੀ ਲੈਣ ਲੱਗ ਪਏ ਨੇ ਗੁਰਦਾਸਪੁਰ ਜ਼ਿਲ੍ਹੇ ਦਾ ਪਿੰਡ ਹੈ ਹਰਦੋਹ ਝੰਡੇ ਜਿੱਥੋਂ ਦੇ ਲੋਕਾਂ ਦੇ ਵੱਲੋਂ ਇੱਕ ਫੈਸਲਾ ਲੈ ਲਿਆ ਗਿਆ ਨਸ਼ੇ ਦੇ ਖਿਲਾਫ ਕਿ ਅਸੀਂ ਪਿੰਡ ਦੇ ਵਿੱਚ ਨਸ਼ਾ ਨਹੀਂ ਵੇਚਣ ਦੇਵਾਂਗੇ ਜੇਕਰ ਕੋਈ ਵੀ ਨਸ਼ਾ ਤਸਕਰੀ ਦੇ ਵਿੱਚ ਸ਼ਾਮਿਲ ਪਾਇਆ ਗਿਆ ਤਾਂ ਪਿੰਡ ਦੇ ਚੌਕ ਦੇ ਵਿੱਚ ਖੜਾ ਕਰਕੇ ਪਹਿਲਾਂ ਅਸੀਂ ਉਸ ਨੂੰ ਆਪ ਸਜ਼ਾ ਦੇਵਾਂਗੇ ਉਸ ਦੀ ਚੰਗੀ ਤਰ੍ਹਾਂ ਸਰਵਿਸ ਕਰਾਂਗੇ 1 ਲੱਖ ਰੁਪਇਆ ਉਸ ਨੂੰ ਜੁਰਮਾਨਾ ਲਾਵਾਂਗੇ ਉਸ ਤੋਂ ਬਾਅਦ ਪ੍ਰਸ਼ਾਸਨ ਦੇ ਹਵਾਲੇ ਕਰਾਂਗੇ ਜੇਕਰ ਕੋਈ ਉਸ ਦੀ ਜ਼ਮਾਨਤ ਕਰਵਾਉਣ ਗਿਆ ਜਾਂ ਫਿਰ ਉਸ ਨੂੰ ਕਿਸੇ ਨੇ ਵੀ ਸਪੋਰਟ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਵੀ 50000 ਰੁਪਇਆ ਜੁਰਮਾਨਾ ਪਿੰਡ ਦੇ ਵੱਲੋਂ ਲਾਇਆ ਜਾਵੇਗਾ ਅਤੇ ਸਪੋਰਟ ਕਰਨ ਵਾਲੇ ਦਾ ਵੀ ਬਾਈਕਾਟ ਕਰ ਦਿੱਤਾ ਜਾਵੇਗਾ ਜੋ ਤਸਕਰ ਹੈ ਉਸ ਦਾ ਤਾਂ ਸਮਾਜਿਕ ਬਾਈਕਾਟ ਅਸੀਂ ਕਰਨਾ ਹੀ ਹੈ ਪਰਾ ਜੋ ਤਸਕਰ ਦੀ ਸਪੋਰਟ ਕਰੇਗਾ ਜ਼ਮਾਨਤ ਕਰਵਾਵੇਗਾ ਪਿਛੇ ਠਾਣੇ ਜਾਵੇਗਾ ਉਸ ਦਾ ਵੀ ਸਮਾਜਿਕ ਬਾਈਕਾਟ ਕਰ ਦੇਵਾਂਗੇ ਬਿਲਕੁਲ ਉਸ ਦੀ ਖੁਸ਼ੀ ਗਮੀ ਦੇ ਵਿੱਚ ਨਹੀਂ ਜਾਵਾਂਗੇ ਕੋਈ ਉਸ ਨੂੰ ਬੁਲਾਵੇਗਾ ਵੀ ਨਹੀਂ ਬਿਲਕੁਲ ਬਾਈਕਾਟ ਕਰਦੇਾਂਗੇ ਬਹੁਤ ਹੋ ਗਿਆ ਅਸੀਂ ਬੜੇ ਤੰਗ ਆ ਜਿਹੜੀਆਂ ਪਿੰਡ ਦੀਆਂ ਔਰਤਾਂ ਹਨ ਉਹਨਾਂ ਦੇ ਵੱਲੋਂ ਵੀ ਇੱਕ ਫੈਸਲਾ ਸੁਣਾ ਦਿੱਤਾ ਗਿਆ ਕਿ ਜਿਹੜਾ ਵੋਟਾਂ ਦੇ ਵਿੱਚ ਸਾਡੇ ਪਤੀਆਂ ਨੂੰ ਸ਼ਰਾਬ ਦੇਵੇਗਾ ਸ਼ਰਾਬ ਦੇ ਕੇ ਵੋਟਾਂ ਮੰਗੇਗਾ ਉਸ ਨੂੰ ਤਾਂ ਅਸੀਂ ਬਿਲਕੁਲ ਵੋਟਾਂ ਨਹੀਂ ਪਾਉਣੀਆਂ ਅਸੀਂ ਬੜੀਆਂ ਤੰਗ ਹਾਂ ਸਾਡੇ ਘਰ ਵਾਲੇ ਸਾਡੇ ਤੋਂ ਪੈਸੇ ਮੰਗਦੇ ਨੇ ਨਸ਼ੇ ਲਈ ਪੁੱਤਰ ਸਾਡੇ ਸਾਡੇ ਤੋਂ ਪੈਸੇ ਮੰਗਦੇ ਨੇ ਅਸੀਂ ਕਿੱਧਰ ਜਾਈਏ ਨਾ ਦੇਈਏ ਪੈਸੇ ਉਹ ਕੁੱਟਦੇ ਨੇ ਕਹਿੰਦੇ ਨੇ ਮਰ ਜਾਵਾਂਗੇ ਨਸ਼ੇ ਤੋਂ ਬਿਨਾ ਇਹਨਾਂ ਬੁਰਾ ਹਾਲ ਹੈ ਹੁਣ ਅਸੀਂ ਆ ਪੀ ਇਹ ਫੈਸਲਾ ਕੀਤਾ ਹੈ ਕਿ ਆਪਣੇ ਹਿਸਾਬ ਦੇ ਨਾਲ ਨਿਆਹ ਕਰਾਂਗੇ ਜੁਰਮਾਨਾ ਲਾਵਾਂਗੇ ਸੇਵਾ ਕਰਾਂਗੇ ਸੇਵਾ ਦਾ ਮਤਲਬ ਹੈ ਕਿ ਸਰਵਿਸ ਕਰਾਂਗੇ ਸਜ਼ਾ ਦੇਵਾਂਗੇ ਚੌਂਕ ਦੇ ਵਿੱਚ ਖੜਾ ਕੇ ਬਾਈਕਾਟ ਕਰਾਂਗੇ ਅਤੇ ਫਿਰ ਪ੍ਰਸ਼ਾਸਨ ਦੇ ਹਵਾਲੇ ਕਰਾਂਗੇ ਹਰ ਦੋ ਝੰਡੇ ਪਿੰਡ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਅੱਗੇ ਵਧਦੇ ਆ ਨਸ਼ਿਆਂ ਤੋਂ ਬਾਅਦ ਗੱਲ ਬੇਅਦਬੀ ਅਤੇ ਗੋਲੀ ਕਾਂਡ ਦੀ ਕਰ ਲੈਣੇ ਆ ਕਿਉਂਕਿ ਇਹੀ ਅਸਲੀ ਮੁੱਦੇ ਹਨ ਪੰਜਾਬ ਦੇ ਜਿਨ੍ਹਾਂ ਦੀ ਗੱਲ ਹੋਣੀ ਬਹੁਤ ਜ਼ਰੂਰੀ ਹੈ ਬਹਿਬਲ ਕੜਾ ਅਤੇ ਕੋਟਕਪੂਰਾ ਗੋਲੀ ਕਾਂਡ ਨੂੰ ਲੈ ਕੇ ਪੀੜਤਾਂ ਦੇ ਵੱਲੋਂ ਲਗਾਤਾਰ ਧਰਨਾ ਦਿੱਤਾ ਜਾ ਰਿਹਾ ਹੈ ਪੀੜਤ ਸੁਖਰਾਜ ਸਿੰਘ ਨਿਆਮੀ ਵਾਲਾ ਦੇ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਉਹ 12 ਅਕਤੂਬਰ ਤੋਂ ਮਰਨ ਵਰਤ ਸ਼ੁਰੂ ਕਰ ਦੇਣਗੇ ਜਿਸ ਨੂੰ ਵੇਖਦੇ ਆ ਜੋ ਜਾਂਚ ਕਰ ਰਹੀ ਹੈ ਗੋਲੀ ਕਾਣ ਦੀ ਐਸਆਈਟੀ ਉਹ ਐਸਆਈਟੀ ਸੁਖਰਾਜ ਸਿੰਘ ਦੇ ਕੋਲ ਪਹੁੰਚ ਗਈ ਜਾਣਕਾਰੀ ਸਾਹਮਣੇ ਆਈ ਹੈ ਕਿ 1 ਘੰਟੇ ਦੇ ਕਰੀਬ ਐਸਆਈਟੀ ਦੇ ਨਾਲ ਸੁਖਰਾਜ ਸਿੰਘ ਦੀ ਮੁਲਾਕਾਤ ਹੋਈ ਸਾਰੇ ਕੇਸਾਂ ਬਾਰੇ ਜਾਣਕਾਰੀ ਸੁਖਰਾਜ ਸਿੰਘ ਨੂੰ ਦਿੱਤੀ ਗਈ ਐਸਆਈਟੀ ਦੇ ਵੱਲੋਂ ਜਿਸ ਤੋਂ ਬਾਅਦ ਸੁਖਰਾਜ ਸਿੰਘ ਦੇ ਵੱਲੋਂ ਆਪਣਾ ਮਰਨ ਵਰਤ ਰੱਦ ਕਰ ਦਿੱਤਾ ਗਿਆ ਹੈ ਅਤੇ ਉਹਨਾਂ ਨੇ ਅੱਜ ਪ੍ਰਗਟਾਈ ਹੈ ਕਿ ਛੇਤੀ ਹੀ ਗੋਲੀ ਕਾਂਡਾਂ ਦੇ ਵਿੱਚ ਕੋਈ ਨਾ ਕੋਈ ਇਨਸਾਫ ਹੋਵੇ ਨਹੀਂ ਤਾਂ ਫਿਰ ਕੋਈ ਨਾ ਕੋਈ ਅਗਲਾ ਸੰਘਰਸ਼ ਵੀ ਛੇਤੀ ਹੀ ਉਲੀਕਿਆ ਜਾ ਸਕਦਾ ਹੈ ਅੱਗੇ ਵਧਦੇ ਆ ਸਿੱਧੂ ਮੂਸੇਵਾਲਾ ਦਾ ਕਤਲ ਕਾਂਡ ਵੀ ਇੱਕ ਅਹਿਮ ਮੁੱਦਾ ਹੈ ਪੰਜਾਬ ਦੇ ਵਿੱਚ ਸਚਨ ਬਿਸ਼ਨੋਈ ਨੂੰ ਪ੍ਰੋਡਕਸ਼ਨ ਵਾਰੰਟ ਤੇ ਲਿਆਂਦਾ ਏ ਪੰਜਾਬ ਦੀ ਪੁਲਿਸ ਨੇ ਹੁਣ ਮੀਡੀਆ ਰਿਪੋਰਟਾਂ ਸਾਹਮਣੇ ਆਈਆਂ ਨੇ ਕਿ ਰਿਮਾਂਡ ਦੌਰਾਨ ਜੋ ਪੁੱਛਗਿੱਛ ਕੀਤੀ ਗਈ ਹੈ ਸਚਨ ਬਿਸ਼ਨੋਈ ਤੋਂ ਉਸ ਦੇ ਵਿੱਚ ਕੁਝ ਬਹੁਤ ਵੱਡੇ ਖੁਲਾਸੇ ਇਸ ਕਤਲ ਕਾਂਡ ਨੂੰ ਲੈ ਕੇ ਹੋ ਚੁੱਕੇ ਹਨ ਖੁਲਾਸਾ ਸਭ ਤੋਂ ਵੱਡਾ ਇਹ ਹੋਇਆ ਏ ਕਿ ਇੱਕ ਕਬੱਡੀ ਕੱਪ ਨੂੰ ਲੈ ਕੇ ਲਾਰੈਂਸ ਬਿਸ਼ਨੋਈ ਅਤੇ ਸਿੱਧੂ ਮੂਸੇਵਾਲਾ ਵਿਚਕਾਰ ਵਿਵਾਦ ਵਧ ਗਿਆ ਸੀ ਲਾਰੈਂਸ ਬਿਸ਼ਨੋਈ ਨੇ ਸਿੱਧੂ ਮੂਸੇਵਾਲਾ ਨੂੰ ਕਬੱਡੀ ਕੱਪ ਭਾਗੋ ਮਾਦਰਾ ਵਿੱਚ ਨਾ ਜਾਣ ਲਈ ਕਿਹਾ ਸੀ ਕਿਉਂਕਿ ਇਹ ਕਬੱਡੀ ਕੱਪ ਬੰਬੀਹਾ ਗੈਂਗ ਦੇ ਵੱਲੋਂ ਕਰਵਾਇਆ ਜਾ ਰਿਹਾ ਸੀ ਇਸ ਦੇ ਬਾਵਜੂਦ ਸਿੱਧੂ ਮੂਸੇਵਾਲਾ ਉਸ ਕਬੱਡੀ ਕੱਪ ਦੇ ਵਿੱਚ ਗਿਆ ਸੀ ਜਿਸ ਤੋਂ ਬਾਅਦ ਉਹਨਾਂ ਦੀ ਕੜਤਨ ਆਪਸ ਵਿੱਚ ਵੱਧ ਗਈ ਸੀ ਫੇਰ ਫੋਨ ਕੀਤਾ ਲਾਰੈਂਸ ਬਿਸ਼ਨੋਈ ਨੇ ਸਿੱਧੂ ਮੂਸੇਵਾਲੇ ਨੂੰ ਕਿ ਤੂੰ ਕਿਉਂ ਗਿਆ ਕਬੱਡੀ ਕੱਪ ਦੇ ਵਿੱਚ ਲਾਰੈਂਸ ਬਿਸ਼ਨੋਈ ਨੇ ਸਿੱਧੂ ਮੂਸੇਵਾਲੇ ਨੂੰ ਗਾਲਾਂ ਕੱਢੀਆਂ ਸਿੱਧੂ ਮੂਸੇਵਾਲਾ ਨੇ ਵੀ ਜਵਾਬ ਵਿੱਚ ਇਹੀ ਕੀਤਾ ਭਾਬ ਉਸਨੇ ਵੀ ਜਵਾਬੀ ਗਾਲਾਂ ਕੱਡੀਆਂ ਇਸ ਤੋਂ ਬਾਅਦ ਲੋਰੈਂਸ ਬਿਸ਼ਨੋਈ ਨੇ 골ਡੀ ਬਰਾੜ ਨੂੰ ਸ਼ਿਕਾਇਤ ਕੀਤੀ 골ਡੀ ਬਰਾੜ ਨੇ ਸਿੱਧੂ ਮੂਸੇਵਾਲਾ ਨੂੰ ਫੋਨ ਤੇ ਪੁੱਛਿਆ ਕਿ ਉਹ ਇਨਕਾਰ ਕਰਨ ਦੇ ਬਾਵਜੂਦ ਕਬੱਡੀ ਕੱਪ ਚ ਕਿਉਂ ਗਿਆ ਮੂਸੇਵਾਲੇ ਨੇ ਆਖਿਆ ਜੇਕਰ ਤੁਸੀਂ ਕੋਈ ਹੋਰ ਗੱਲ ਕਰਨੀ ਚਾਹੁੰਦੇ ਹਾਂ ਤਾਂ ਕਰੋ ਅਤੇ ਆਪਣੇ ਬਾਪ ਨੂੰ ਬੋਲ ਦਿਓ ਜੋ ਕਰਨਾ ਹੈ ਕਰ ਲਵੇ ਮੈਂ ਆਪਣੀ ਮਰਜ਼ੀ ਦਾ ਮਾਲਕ ਹਾਂ ਸਿੱਧੂ ਮੂਸੇਵਾਲਾ ਨੂੰ ਮਾਰਨ ਦੀ ਪਲੈਨਿੰਗ ਇਸ ਤੋਂ ਬਾਅਦ ਸ਼ੁਰੂ ਹੋ ਗਈ ਸੀ ਸਚਨ ਬਿਸ਼ਨੋਈ ਦੇ ਵੱਲੋਂ ਇਹ ਗੱਲਾਂ ਆਖੀਆਂ ਗਈਆਂ ਨੇ ਮੀਡੀਆ ਰਿਪੋਰਟਾਂ ਦੇ ਵਿੱਚ ਇਹ ਦਾਵਾ ਕੀਤਾ ਜਾ ਰਿਹਾ ਹੈ ਅੱਗੇ ਵਧਦੇ ਆ ਪੰਜਾਬ ਦੇ ਵਿੱਚ ਵਾਰਦਾਤਾਂ ਦਾ ਦੌਰ ਵੀ ਲਗਾਤਾਰ ਜਾਰੀ ਹੈ ਗੋਲੀਆਂ ਆਮ ਹੀ ਚੱਲ ਜਾਂਦੀਆਂ ਨੇ ਅੰਮ੍ਰਿਤਸਰ ਦੇ ਦਬੁਰਜੀ ਤੋਂ ਸੁਲਤਾਨਵਿੰਡਾ ਰੋਡ ਤੋਂ ਇੱਕ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ ਡੇਰੀ ਮਾਲਕ ਤੇ ਛੇ ਵਿਅਕਤੀ ਫੋਰਚਨਰ ਤੇ ਆਏ ਉਹਨਾਂ ਨੇ ਗੋਲੀ ਚਲਾ ਦਿੱਤੀ ਅਤੇ ਜ਼ਖਮੀ ਕਰ ਦਿੱਤਾ ਖਬਰ ਆਈ ਹੈ ਕਿ ਵੱਕੀ ਦੇ ਵਿੱਚ ਡੇਰੀ ਮਾਲਕ ਦੀ ਵੱਕੀ ਦੇ ਵਿੱਚ ਗੋਲੀ ਲੱਗੀ ਹੈ ਮੂੰਹ ਤੇ ਕੱਪੜੇ ਬੰਨ ਕੇ ਇਹ ਛੇ ਵਿਅਕਤੀ ਫੋਰਚਨਰ ਦੇ ਵਿੱਚ ਸਵਾਰ ਹੋ ਕੇ ਆਏ ਸਨ ਸਵੇਰੇ ਸਵੇਰੇ ਜਦੋਂ ਉਹ ਡੇਰੀ ਖੋਲਣ ਲੱਗਾ ਸੀ ਗੋਲੀ ਮਾਰ ਕੇ ਉਹ ਭੱਜ ਗਏ फरार हो गए जिसके बाद जख्मी नु अस्पताल ਦੇ ਵਿੱਚ ਦਾਖਲ ਕਰਵਾਇਆ ਗਿਆ ਪੁਲਿਸ ਨੇ ਆਖਿਆ ਹੈ ਕਿ ਅਸੀਂ ਸੀਸੀਟੀਵੀ ਫੁਟੇਜ ਖੰਗਾਲ ਰਹੇ ਹਾਂ ਜਿਸ ਨੇ ਵੀ ਇਹ ਵਾਰਦਾਤ ਕੀਤੀ ਹੈ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਪੁਲਿਸ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਅੱਗੇ ਵਧਦੇ ਹਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕੁਝ ਸਮਾਂ ਪਹਿਲਾਂ ਇਹ ਐਲਾਨ ਕੀਤਾ ਗਿਆ ਸੀ ਕਿ ਜਿਹੜੀ ਰਜਿਸਟਰੀ ਕੀਤੀ ਜਾਂਦੀ ਹੈ ਉਸ ਦੀ ਭਾਸ਼ਾ ਬਹੁਤ ਔਖੀ ਹੁੰਦੀ ਹੈ ਆਮ ਲੋਕਾਂ ਨੂੰ ਸਮਝ ਨਹੀਂ ਆਉਂਦੀ ਇਸ ਦੀ ਭਾਸ਼ਾ ਨੂੰ ਸੌਖੀ ਕੀਤਾ ਜਾਵੇਗਾ ਅਤੇ ਹੁਣ ਪੰਜਾਬ ਸਰਕਾਰ ਦੇ ਰੈਵਨਿਊ ਵਿਭਾਗ ਦੇ ਵੱਲੋਂ ਸਾਰੇ ਡੀਸੀਆਂ ਨੂੰ ਇਹ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ ਕਿ ਰਜਿਸਟਰੀ ਦੀ ਭਾਸ਼ਾ ਸੌਖੀ ਉਵੇਂ ਅਤੇ ਉਸ ਦਾ ਫਾਰਮੈਟ ਵੀ ਪੰਜਾਬ ਸਰਕਾਰ ਦੇ ਵੱਲੋਂ ਜਾਰੀ ਕਰ ਦਿੱਤਾ ਗਿਆ ਹੈ ਕਿ ਇਸਾ ਫਾਰਮੈਟ ਦੇ ਹਿਸਾਬ ਦੇ ਨਾਲ ਰਜਿਸਟਰੀ ਤਿਆਰ ਕੀਤੀ ਜਾਵੇ ਰਜਿਸਟਰੀ ਲਿਖੀ ਜਾਵੇ ਤਾਂ ਜੋ ਆਮ ਲੋਕ ਵੀ ਰਜਿਸਟਰੀ ਨੂੰ ਪੜ ਸਕਣ ਅਤੇ ਕੋਈ ਵੀ ਇਸ ਦੇ ਵਿੱਚ ਉਲਝਣ ਨਾ ਰਹੇ ਜਾਵੇ ਭੁਲੇਖਾ ਨਾ ਰਹੇ ਜਾਵੇ ਸਰਕਾਰ ਦੇ ਵੱਲੋਂ ਰਜਿਸਟਰੀ ਨੂੰ ਲੈ ਕੇ ਇਹ ਅਹਿਮ ਫੈਸਲਾ ਲਿਆ ਗਿਆ ਹੈ ਇਹ ਸਨ ਕੁਝ ਉਹ ਖਬਰਾਂ ਜੋ ਤੁਹਾਡੇ ਤੱਕ ਪਹੁੰਚਾਉਣੀਆਂ ਬਹੁਤ ਜ਼ਰੂਰੀ ਸਨ ਇਹਨਾਂ ਖਬਰਾਂ ਵਿੱਚੋਂ ਕਿਸੇ ਖਬਰ ਬਾਰੇ ਸਾਡੇ ਸ਼ੋਅ ਪੰਜਾਬੀ ਪ੍ਰੈਮ ਟਾਈਮ ਬਾਰੇ ਤੁਹਾਡੀ ਕੋਈ ਵੀ ਰਾਏ ਜਾਂ ਸੁਝਾਅ ਹੈ ਤਾਂ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਫੇਸਬੁੱਕ ਤੇ ਪੇਜ ਲਾਈਕ ਕਰ ਲਓ ਮੈਂ ਜੱਜ ਸਿੰਘ ਚਾਹਾਂ ਅਗਲੀ ਵਾਰ ਫੇਰਾ ਜ਼ਰੂਰ ਮਾਂਗਾ ਤੁਸੀਂ ਦੇਖਦੇ ਰਹੋ ਪੰਜਾਬ ਟੀਵੀ ਹਰ ਖਬਰ ਦਾ ਸੱਚ